ਹੋਟਲ ਦੇ ਕਮਰੇ 'ਚ ਚੱਲ ਰਿਹਾ ਸੀ ਜੂਆ। ਅੰਦਰ ਹਥਿਆਰਾਂ ਨਾਲ ਵੜ ਗਏ ਲੁਟੇਰੇ, ਸਾਰੇ ਪੈਸਿਆਂ ਦੀ ਲੁੱਟ ਕਰਕੇ ਹੋ ਗਏ ਫਰਾਰ। ਤਾਂ ਦੱਸ ਦਈਏ ਕਿ ਇੱਕ ਹੋਟਲ 'ਚ ਰੂਮ ਬੁੱਕ ਕਰਕੇ ਕੁਝ ਲੋਕ ਜੂਆ ਖੇਡ ਰਹੇ ਸੀ, ਤਾਂ ਉਸੀ ਦੌਰਾਨ ਮੌਕੇ ਤੇ ਲੁਟੇਰੇ ਪਹੁੰਚਦੇ ਨੇ ਤੇ ਇਹਨਾਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਨਕਦੀ ਲੁੱਟੀ ਜਾਂਦੀ ਹੈ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਲੁਟੇਰੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਏ ਨੇ। ਤਾਂ ਪਹਿਲਾਂ ਇਹ ਹਥਿਆਰ ਕੱਢ ਕੇ ਇਹਨਾਂ ਨੂੰ ਡਰਾਉਂਦੇ ਨੇ ਤੇ ਫਿਰ ਸਾਰੀ ਨਕਦੀ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਤੇ ਉਹਨਾਂ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪਹਿਲਾਂ ਤਾਂ ਹੋਟਲ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ, ਜਿਸ ਤੋਂ ਬਾਅਦ ਦੋ ਲੁਟੇਰਿਆਂ ਨੂੰ ਵੀ ਇਸ ਦੇ ਵਿੱਚ ਕਾਬੂ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਕਾਬੂ ਲੁਟੇਰਿਆਂ ਦੇ ਕੋਲੋਂ ਮੌਕੇ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਇਸ ਦੇ ਨਾਲ ਹੀ ਵਾਰਦਾਤ ਦੇ ਵਿੱਚ ਵਰਤੇ ਗਏ ਪਿਸਟਲ ਅਤੇ 5 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਤੇ ਨਾਲ ਹੀ ਲੁੱਟ ਹੋਏ ਪੈਸਿਆਂ ਦੇ ਵਿੱਚੋਂ 8,000 ਰੁਪਏ ਦੀ ਨਕਦੀ ਦੀ ਵੀ ਬਰਾਮਦੀ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਉਹਨਾਂ ਦੇ ਵੱਲੋਂ ਤੁਰੰਤ ਕਾਰਵਾਈ ਕੀਤੀ ਤੇ ਹੋਟਲ ਦੇ ਮਾਲਕ ਨੂੰ ਪਹਿਲਾਂ ਕਾਬੂ ਕੀਤਾ ਗਿਆ ਤੇ ਫਿਰ ਲੁਟੇਰਿਆਂ ਨੂੰ ਵੀ ਇਹਨਾਂ ਦੇ ਵੱਲੋਂ ਕਾਬੂ ਕੀਤਾ ਗਿਆ। ਤਾਂ ਦੋ ਲੁਟੇਰੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਤੇ ਬਾਕੀ ਦੋਨਾਂ ਦੀ ਭਾਲ ਕੀਤੀ ਜਾ ਰਹੀ ਹੈ। ਕੀ ਸਾਰਾ ਮਾਮਲਾ ਜਿਹੜਾ ਕੀ ਮੇਨ ਇਸ ਤਰ੍ਹਾਂ ਜੀ, 7-8 ਦੇ ਸਤੰਬਰ ਨੂੰ ਹੋਟਲ ਗ੍ਰੈਂਡ ਪਾਰਕ ਦੇ ਵਿੱਚ ਕੁਝ ਲੋਕਾਂ ਨੇ ਕਮਰਾ ਬੁੱਕ ਕਰਾ ਕੇ ਉੱਥੇ ਜੂਆ ਖੇਡਣਾ ਸ਼ੁਰੂ ਕੀਤਾ। ਜੂਆ ਖੇਡਿਆ, ਜੂਏ ਤੋਂ ਬਾਅਦ ਕੁਝ ਬੰਦੇ ਜਿਹੜੇ ਆ, ਇੱਕ ਆਦਮੀ ਜਿਹੜਾ ਜੂਆ ਜਿਹੜਾ ਉਹਦੇ 'ਚ ਹਾਰ ਕੇ ਉਹਨੇ ਜਾ ਕੇ ਕੁਝ ਕ੍ਰਿਮੀਨਲ ਦੇ ਨਾਲ ਮਿਲ ਕੇ ਅਤੇ ਰਾਤ ਨੂੰ ਪਿਸਤੌਲ ਦੀ ਨੋਕ ਦੇ ਉੱਤੇ ਜੂਏ ਨੂੰ ਲੁੱਟ ਗਿਆ। ਜੋ ਇਸ ਦੀ ਇਤਲਾਹ ਜਿਹੜੀ ਆ ਸਾਡੇ ਕੋਲ ਮੁਕਤਸਰ ਖਾਸ ਦੇ ਰਾਹੀਂ ਮਿਲੀ, ਜਿਹਦੇ ਤਹਿਤ ਅਸੀਂ FIR ਨੰਬਰ 136 ਮਿਤੀ 10/9/24 ਨੂੰ ਦਰਜ ਕਰਕੇ ਅੰਡਰ ਸੈਕਸ਼ਨ 13-3/67 ਗੈਂਬਲਿੰਗ ਐਕਟ 309 4 BNS 25-56 ਆਰਮਸ ਐਕਟ 223 BNS ਅਤੇ 22-61-85 NDPS ਐਕਟ ਦਾ ਰਾਮਬਾਗ ਥਾਣੇ 'ਚ ਪਰਚਾ ਦਰਜ ਕੀਤਾ, ਜਿਸ ਦੀ ਮੁਕੱਦਮੇ ਦੀ ਤਫਤੀਸ਼ ਕਰਦਿਆਂ ਹੋਇਆਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਵਿੱਚ ਇੱਕ ਹੋਟਲ ਮਾਲਕ ਰਮਨ ਉੱਪਰ ਅਤੇ ਜੋ ਜੂਏ ਨੂੰ ਲੁੱਟਣ ਵਾਲੇ ਦੋ ਦੋਸ਼ੀ ਸੰਦੀਪ ਕੁਮਾਰ ਉਰਫ ਤੋਤਾ ਅਤੇ ਦਵਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਨਗਰੀ। ਦਵਿੰਦਰ ਸਿੰਘ ਦੇ ਕੋਲੋਂ 32 ਬੋਰ ਦਾ ਪਿਸਟਲ ਦੇਸੀ ਜਿਹੜਾ ਬਰਾਮਦ ਕੀਤਾ ਗਿਆ ਅਤੇ ਨਾਲ 5 ਜਿੰਦਾ ਰਾਊਂਡ, ਅਤੇ ਜਿਹੜਾ ਸੰਦੀਪ ਕੁਮਾਰ ਹੈ ਇਹਦੀ ਪੁੱਛਗਿੱਛ ਇੰਟੈਰੋਗੇਸ਼ਨ ਦੇ ਨਾਲ 520 ਟਰਾਮਾਡੋਲ ਦੀਆਂ ਗੋਲੀਆਂ, ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿਸ ਦੇ ਜੁਰਮ 22-85 ਦਾ ਜਿਹੜਾ ਵਾਧਾ ਕੀਤਾ ਗਿਆ, ਅਤੇ ਇਹਨਾਂ ਦੀ ਪੁੱਛਗਿੱਛ ਅਤੇ ਇੰਟੈਰੋਗੇਸ਼ਨ ਦੇ ਵਿੱਚ 7 ਦੋਸ਼ੀ ਜਿਹੜੇ ਆ ਹੋਰ ਨੋਮੀਨੇਟ ਕੀਤੇ ਗਏ ਨੇ ਅਤੇ ਉਹਨਾਂ ਨੂੰ ਜਲਦੀ ਜਿਹੜੀ ਸਾਡੀ ਪੁਲਿਸ ਪਾਰਟੀ ਗ੍ਰਿਫਤਾਰ ਕਰ ਲਈ। ਅਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ੍ਹ FIR ਨੰਬਰ 137 ਅਤੇ 140 223 BNS ਪੁਰਾਣੀ 188 IPC ਤਹਿਤ ਹੋਟਲ ਮਾਲਕਾਂ ਅਤੇ ਮੈਨੇਜਰਾਂ ਦੇ ਖਿਲਾਫ਼ ਪਰਚੇ ਦਰਜ ਕੀਤੇ ਗਏ, ਜਿਨ੍ਹਾਂ ਨੇ ਕਿ ਹੋਟਲ ਦੇ ਵਿੱਚ ਜਿਹੜੇ ਉਹਨਾਂ ਕੋਲ ਕਮਰੇ ਲੈਣ ਵਾਸਤੇ ਲੋਕ ਆਏ ਸੀ ਉਹਨਾਂ ਦੀ ਆਈਡੈਂਟੀਟੀ ਪਰੂਫ ਨਹੀਂ ਲਿਆ ਉਹਨਾਂ ਨੇ, ਅਤੇ ਉਹਨਾਂ ਦਾ ਰਜਿਸਟਰ ਦੇ ਵਿੱਚ ਪ੍ਰੋਪਰ ਇੰਦਰਾਜ਼ ਨਹੀਂ ਕੀਤਾ, ਸਰਾਂ ਐਕਟ ਦੀਆਂ ਜੋ ਐਕਟ ਆ ਉਹਦੀ ਕਿਤੇ ਪਾਲਣਾ ਨਹੀਂ ਕੀਤੀ ਸੀ, ਅਤੇ ਜਿਹੜਾ ਮਾਨਯੋਗ ਕਮਿਸ਼ਨਰ ਸਾਹਿਬ ਦਾ ਆਰਡਰ ਆ ਉਹਦੀ ਜਿਹੜੀ ਹੁਕਮ ਦੀ ਅਦੂਲੀ ਕੀਤੀ ਗਈ ਸੀ।
ਜੂਆ ਲੁੱਟਿਆ ਕਿਉਂ ਗਿਆ, ਕਾਰਨ ਕੀ ਸੀਗਾ? ਜੂਆ ਜੀ ਇਹਨਾਂ ਨੇ ਜੂਆ ਖੇਡਦੇ ਜਿਹੜਾ ਕੋਈ ਹਾਰ ਜਾਂਦਾ ਉਹ ਫਿਰ ਨਾਲਦਿਆਂ ਨੂੰ ਨਾਲ ਲੈ ਕੇ ਅਤੇ ਜੂਆ ਲੁੱਟਣ ਤੁਰ ਪਿਆ। ਇਹਦੇ 'ਚ ਮੇਨ ਇਹੋ ਸੀ ਕਿ ਇਹਨਾਂ ਨੇ ਰਲ ਕੇ ਕੁਝ ਕ੍ਰਿਮੀਨਲ ਬੰਦਿਆਂ ਨਾਲ ਰਲ ਕੇ ਇਹਨਾਂ ਨੇ ਜੂਆ ਲੁੱਟਿਆ। ਪੁਲਿਸ ਨੂੰ ਕਿਸੇ ਵੱਲੋਂ ਕੰਪਲੇਂਟ ਆਈ ਸੀ ਜੀ? ਨਹੀਂ, ਸਾਨੂੰ ਇਨਫੋਰਮੇਸ਼ਨ ਆਈ ਜੀ ਸੋਰਸ ਖਾਸ। ਸਰ ਕਿਹਦੀ ਕੰਪਲੇਂਟ ਤੇ ਪਤਾ ਲੱਗ ਗਿਆ? ਮੁਖਬਰ ਖਾਸ। ਸਰ ਇਹਦੇ ਵਿੱਚ ਪਹਿਲਾਂ ਗੈਂਬਲਿੰਗ ਹੋ ਰਹੀ ਸੀ ਉੱਥੇ? ਗੈਂਬਲਿੰਗ ਹੋਈ ਸੀ ਤਾਂ ਹੀ ਇਸ ਦੇ ਵਿੱਚ ਜਿਹੜਾ ਘਰ ਹੋ ਰਿਹਾ ਸੀ। ਹਾਂਜੀ, ਇਹਦੀ ਜ਼ਿੰਮੇਵਾਰੀ ਤੇ ਹੋ ਰਹੀ ਇਹ ਜੀ ਹੁਣ ਕਰਵਾ ਰਿਹਾ ਸੀ ਉਹ ਹੋਟਲ ਵਾਲੇ ਜੀ ਜਿਨ੍ਹਾਂ ਨੇ ਰੂਮ ਦਿੱਤੇ ਜੀ, ਉਹ ਸਾਰੇ ਨੋਮੀਨੇਟ। ਹੁਣ ਨੈਕਸਟ ਸਟੈਪ ਕੀ ਹੋਏਗਾ? ਪੁਲਿਸ ਦਾ ਕੀ ਕਾਰਵਾਈ? ਬਾਕੀ ਦੋਸ਼ੀ ਜਲਦੀ ਗ੍ਰਿਫਤਾਰ ਕੀਤੇ ਜਾਏ।